ਸਤਿ ਸ਼੍ਰੀ ਅਕਾਲ ਬਾਈ ਜੀ, ਸਾਰਿਆਂ ਨੂੰ ਮੈਂ ਰੂਪਲ ਪਹਿਲਵਾਨ ਖੰਨਾ ਜੀ, ਅਤੇ ਅੱਜ 21 ਜੂਨ ਪਿੰਡ ਪੰਤੇੜ ਪਠਾਨਕੋਟ ਦੇ ਨੇੜੇ ਬਹੁਤ ਹੀ ਵਧੀਆ ਦੰਗਲ ਹੋਣ ਜਾ ਰਿਹਾ। ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ, ਜ਼ਰੂਰ ਵੱਧ ਚੜ੍ਹ ਕੇ ਪਹੁੰਚਿਓ। ਮਿਲਦੇ ਹਾਂ ਜੀ 21 ਤਰੀਕ ਨੂੰ ਪਿੰਡ ਪੰਤੇੜ। ਬਹੁਤ ਵਧੀਆ ਪਹਿਲਵਾਨ, ਅਨੇਕਾਂ ਵਾਰ ਰੁਸਤਮ ਪਹਿਲਵਾਨ ਰਿਹਾ, ਆਹ ਕੁਸ਼ਤੀ ਪ੍ਰੇਮੀ ਇਸ ਪਹਿਲਵਾਨ ਨਾਲ ਵੀ ਇਤਿਹਾਸ ਜੁੜਿਆ। ਇਹ ਰੂਬਲਜੀਤ ਪਹਿਲਵਾਨ ਨੇ ਇੱਕ ਦਿਨ ਦੇ ਵਿੱਚ 2 ਬੁਰਜਾਂ ਜਿੱਤੀਆਂ, ਭਾਰਤ ਕੁਮਾਰ ਤੇ ਭਾਰਤ ਕੇਸਰੀ। ਇਹ ਸਾਡੇ ਹਿੰਦੁਸਤਾਨ ਦੇ 2 ਟਾਈਟਲ ਜਿਹੜੇ ਇੱਕੇ ਦਿਨ ਜਿੱਤ ਗਏ, ਰੂਬਲਜੀਤ ਪਹਿਲਵਾਨ ਨੇ ਰਿਕਾਰਡ ਪੈਦਾ ਕੀਤਾ ਜੀ। ਹਾਂਜੀ ਹਾਂਜੀ, ਢੋਲ ਵੱਜਣ ਗਈ। ਇਹ ਦੂਜੇ ਪਾਸੇ ਇਹ ਓਲੰਪਿਕ ਸਟਾਈਲ ਦਾ ਪਹਿਲਵਾਨ ਆ, ਬਹੁਤ ਤਗੜਾ ਮੰਨ ਲਈ ਸੰਡੀ ਦਿੱਲੀ ਇੱਕ ਅਧਿਕਾਰਾ ਲਾ ਦੀਆਂ ਬੋਲਦਾ ਬੋਲਦਾ ਵੀਰ ਹਨੁਮਾਨ ਕੀ। ਕੁਸ਼ਤੀ ਸ਼ੁਰੂ ਹੋ ਗਈ, ਪਰ ਇੱਕ ਬੇਨਤੀ, ਉਹ ਥਾਲੇ ਵਿੱਚ ਕੋਈ ਨਾ ਆਵੇ, ਕੋਈ ਨਾ ਆਵੇ, ਥਾਲਾ ਖਾਲੀ ਕਰਦੇ ਹਾਂ। ਜਿੱਥੇ ਵਧੀਆ ਕੁਸ਼ਤੀ ਆ ਰਹੀ, ਉੱਥੇ ਖੁਸ਼ਖਬਰੀ ਦੇ ਨਾਲ ਇੱਕ ਸਾਈਡ ਨਿਊਜ਼ ਵੀ ਆ। ਕੁਝ ਕਾਰਨਾਂ ਕਾਰਨ ਸ਼ਿਵਾ ਪਹਿਲਵਾਨ ਜਿਹੜਾ ਮਹਾਰਾਸ਼ਟਰ ਸਾਡੇ ਵਿੱਚ ਨਹੀਂ ਪਹੁੰਚ ਸਕਦਾ ਜੀ। ਹਾਂ, ਕੋਈ ਕੋਈ ਗੱਲ ਨਹੀਂ, ਹਾਂ, ਕਿਉਂਕਿ ਬੜੀਆਂ ਮਜਬੂਰੀਆਂ ਹੁੰਦੀਆਂ, ਬੜੀ ਮਿਹਨਤ ਕੀਤੀ ਇਹਨੇ ਮੇਰੇ ਵੀਰ ਨੇ ਔਰ ਸਾਡੇ ਪ੍ਰਧਾਨ ਜੀ ਹੋਣਾਂ ਨੇ, ਦਿਨ ਰਾਤ ਇੱਕ ਕਰਕੇ ਇਹਨਾਂ ਪਹਿਲਵਾਨ ਨੂੰ ਸੱਦਾ ਪੱਤਰ ਦਿੱਤਾ, ਬਣਾਇਆ, ਐਡਵਾਂਸ ਪੈਸੇ ਵੀ ਦਿੱਤੇ। ਪਰ ਚਲੋ, ਕੋਈ ਗੱਲਾਂ ਹੋ ਜਾਂਦੀਆਂ, ਆਪਾਂ ਬੈਠ ਕੇ ਕਾਰਨਿੰਗ ਮਾਇਕ ਦੇ ਵਿੱਚ ਨਹੀਂ ਕਰ ਸਕਦੇ, ਪਰ ਇਹਨਾਂ ਦੋ ਜਿੰਨੀ ਵੀ ਪੂਰੀ ਕਮੇਟੀ ਆ ਉਹਨਾਂ ਦੇ ਨਾਲ ਵੀ ਖੁੱਲ ਕੇ ਤਾਲੀ ਮਾਰ ਦਿਓ। ਨਾਲ ਸਾਡੇ ਵਿਕਾਸ ਜੀ ਇਹਦੇ ਨਾਲ ਹੀ ਨਾਲ ਰੋਕੀ ਪ੍ਰਧਾਨ ਜੀ, ਉਹਨਾਂ ਦੇ ਨਾਲ ਹੀ ਇੱਕ ਯੋਗਦਾਨ ਤਾਲੀ ਮਾਰ ਦਿਓ।
ਜਦੋਂ ਮੇਰੇ ਤੱਕ ਪੁੱਜਦਾ ਕਰਦੇ ਚਲੋ ਜੀ ਧੋਲੀ ਖਿੱਚ ਕੇ ਰੱਖੋ ਜੀ 1200 ਕਮਾਲ ਹੋ ਗਈ ਆ ਵੀ ਕਮਾਲ।